ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਦੇ ਕੋਲੋਂ ਹੁਣ ਪ੍ਰਧਾਨ ਦਾ ਅਹੁਦਾ ਜਾਂਦਾ ਹੋਇਆ ਨਜ਼ਰ ਆ ਰਿਹਾ। ਸੁਨੀਲ ਜਾਖੜ ਨੂੰ ਪ੍ਰਧਾਨਗੀ ਦੇ ਅਹੁਦੇ ਤੋਂ ਲਾਂਭੇ ਕੀਤਾ ਜਾ ਸਕਦਾ। ਹੁਣ ਸੁਨੀਲ ਜਾਖੜ ਤੋਂ ਬਾਅਦ ਕਿਹੜਾ ਆਗੂ ਹੈ ਜਿਹੜਾ ਪੰਜਾਬ ਭਾਜਪਾ ਦਾ ਪ੍ਰਧਾਨ ਬਣ ਸਕਦਾ, ਕਿਹੜੇ ਨਾਮ ਨੇ ਜਿਹੜੇ ਅੱਗੇ ਆ ਰਹੇ ਨੇ? ਦੱਸ ਦੇ ਕਿ ਸਭ ਤੋਂ ਪਹਿਲਾਂ ਨਾਮ ਕੌਮੀ ਜਨਰਲ ਸਕੱਤਰ ਤਰੁਣ ਚੁੱਗ ਦਾ ਅੱਗੇ ਆ ਰਿਹਾ ਹੈ ਕਿ ਪੰਜਾਬ ਭਾਜਪਾ ਦੇ ਪ੍ਰਧਾਨ ਤਰੁਣ ਚੁੱਗ ਬਣ ਸਕਦੇ ਨੇ। ਉੱਧਰ ਹੀ ਕੈਪਟਨ ਅਮਰਿੰਦਰ ਸਿੰਘ ਦੇ ਕਰੀਬੀ ਰਾਣਾ ਗੁਰਮੀਤ ਸਿੰਘ ਦਾ ਨਾਮ ਵੀ ਇਸ ਦੌੜ ਦੇ ਵਿੱਚ ਸ਼ਾਮਲ ਹੈ। ਅਤੇ ਉੱਧਰ ਸਾਬਕਾ ਪ੍ਰਧਾਨ ਰਹਿ ਚੁੱਕੇ ਅਸ਼ਵਨੀ ਸ਼ਰਮਾ ਦਾ ਕਹਿਣਾ ਹੈ ਕਿ ਡਾਕਟਰ ਸੁਭਾਸ਼ ਸ਼ਰਮਾ ਨੂੰ ਪ੍ਰਧਾਨ ਬਣਾਉਣਾ ਚਾਹੀਦਾ, ਉਹ ਸੁਭਾਸ਼ ਸ਼ਰਮਾ ਦੇ ਨਾਮ ਨੂੰ ਲੈ ਕੇ ਜ਼ੋਰ ਪਾ ਰਹੇ ਨੇ। ਇਸਦੇ ਨਾਲ ਹੀ ਪੰਜਾਬ ਦੇ ਕੌਮੀ ਉਪ ਪ੍ਰਧਾਨ ਅਵਿਨਾਸ਼ ਰਾਏ ਖੰਨਾ ਦਾ ਨਾਮ ਵੀ ਇਸ ਦੌੜ ਦੇ ਵਿੱਚ ਸ਼ਾਮਲ ਹੈ। ਚਰਚਾ ਚੱਲ ਰਹੀ ਹੈ ਉਹਨਾਂ ਦੇ ਨਾਮ ਦੇ ਉੱਤੇ ਹੀ। ਅਤੇ ਇਹਦੇ ਨਾਲ ਨਾਲ ਜਿਹੜੇ ਕਾਂਗਰਸ ਨੂੰ ਛੱਡ ਕੇ ਭਾਜਪਾ ਨੂੰ ਜੁਆਇਨ ਕੀਤਾ ਸੀ, ਇਹਨਾਂ ਨੇ ਭਾਜਪਾ 'ਚ ਸ਼ਾਮਲ ਹੋਏ ਨੇ, ਕੇਵਲ ਸਿੰਘ ਢਿੱਲੋਂ, ਉਹਨਾਂ ਦਾ ਨਾਮ ਵੀ ਇਸ ਦੌੜ ਦੇ ਵਿੱਚ ਸ਼ਾਮਲ ਹੈ। ਚਰਚਾ ਚੱਲ ਰਹੀ ਹੈ ਕਿ ਕੇਵਲ ਸਿੰਘ ਢਿੱਲੋਂ ਵੀ ਪ੍ਰਧਾਨ ਬਣ ਸਕਦੇ ਨੇ, ਪਰ ਇਹਨਾਂ ਦੇ ਵਿੱਚੋਂ ਹੁਣ ਕਿਸਦਾ ਨਾਮ ਜ਼ਿਆਦਾ ਅੱਗੇ ਆਉਂਦਾ, ਕਿਸਦਾ ਕੌਣ ਪ੍ਰਧਾਨ ਬਣਦਾ ਹੈ ਤਾਂ ਸਮਾਂ ਹੀ ਦੱਸੇਗਾ। ਪਰ ਕਈ ਆਗੂਆਂ ਦਾ ਇਹ ਕਹਿਣਾ ਕਿ ਰਵਨੀਤ ਸਿੰਘ ਬਿੱਟੂ ਨੂੰ ਚੋਣਾਂ 'ਚ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਰਵਨੀਤ ਸਿੰਘ ਬਿੱਟੂ ਨੂੰ ਲੋਕਾਂ ਨੇ ਵੋਟਾਂ ਨਹੀਂ ਸੀ ਪਾਈਆਂ, ਪਰ ਫਿਰ ਵੀ ਰਵਨੀਤ ਸਿੰਘ ਬਿੱਟੂ ਨੂੰ ਮੰਤਰੀ ਬਣਾਇਆ ਗਿਆ। ਇਸ ਕਰਕੇ ਜੇ ਹੁਣ ਪ੍ਰਧਾਨ ਬਦਲਣਾ ਹੈ, ਪ੍ਰਧਾਨ ਨਵਾਂ ਬਣਾਉਣਾ ਹੈ ਪੰਜਾਬ ਭਾਜਪਾ ਦਾ, ਤਾਂ ਇਸ ਪ੍ਰਧਾਨ ਦੇ ਅਹੁਦੇ 'ਤੇ ਕਿਸੇ ਹਿੰਦੂ ਆਗੂ ਨੂੰ ਹੀ ਅੱਗੇ ਕਰਨਾ ਚਾਹੀਦਾ। ਉਹਨਾਂ ਦਾ ਕਹਿਣਾ ਹੈ, ਆਗੂਆਂ ਦਾ ਇਹ ਕਹਿਣਾ ਹੈ ਕਿ ਜੇ ਜ਼ਿਮਨੀ ਚੋਣਾਂ ਦੇ ਵਿੱਚ ਵੀ ਭਾਜਪਾ ਦੂਜੇ ਨੰਬਰ 'ਤੇ ਆਈ, ਉਹ ਸਿਰਫ ਅਤੇ ਸਿਰਫ ਹਿੰਦੂ ਵੋਟਰਾਂ ਦੀ ਬਦੌਲਤ 'ਤੇ ਆਈ ਹੈ। ਹਿੰਦੂ ਵੋਟਰਾਂ ਨੂੰ ਇਹ ਅਣਗੋਲਿਆ ਨਹੀਂ ਕਰ ਸਕਦੇ, ਹਿੰਦੂ ਵੋਟਰਾਂ ਨੂੰ ਪਿੱਛੇ ਨਹੀਂ ਛੱਡ ਸਕਦੇ। ਭਾਜਪਾ ਜੇ ਅੱਜ ਕੁਛ ਵੀ ਹੈਗੀ ਆ ਤਾਂ ਉਹ ਹਿੰਦੂ ਵੋਟਰਾਂ ਕਰਕੇ ਹੀ ਹੈ। ਇਸ ਕਰਕੇ ਜੇਕਰ ਹੁਣ ਨਵਾਂ ਪ੍ਰਧਾਨ ਚੁਣਨਾ, ਇਸ ਇਹ ਗੱਲ ਉੱਠ ਹੀ ਰਹੀ ਹੈ, ਚਰਚਾ ਚੱਲ ਹੀ ਰਹੀ ਹੈ, ਅਤੇ ਹਿੰਦੂ ਆਗੂ ਨੂੰ ਹੀ ਅੱਗੇ ਕਰਨਾ ਚਾਹੀਦਾ, ਤਾਂ ਹੀ ਭਾਜਪਾ ਨੂੰ ਵੋਟਾਂ ਪੈਣਗੀਆਂ ਅਤੇ ਤਾਂ ਹੀ ਭਾਜਪਾ ਦਾ ਅੱਗੇ ਜਾ ਕੇ ਕੁਝ ਬਣੇਗਾ। ਸਬਸਕ੍ਰਾਈਬ ਟੂ ਵਨ ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ।